ਟੜਕੇ ਦੀਆਂ ਖਬਰਾਂ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਇੱਕ ਇੱਕ ਕਰਕੇ ਅਹਿਮ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਸਭ ਤੋਂ ਪਹਿਲਾਂ ਖਬਰ ਜੁੜੀ ਹੈ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੇ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਦੌਰਾਨ ਇੱਕਦਮ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਦੇ ਕਾਰਨ ਕੀ ਨੇ ਔਰ ਇਸ ਦੇ ਦੌਰਾਨ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਿਆ ਪੰਚਾਇਤੀ ਚੋਣਾਂ ਬਾਰੇ ਪਾਰਟੀ ਦੀਆਂ ਮੀਟਿੰਗ ਚੋਂ ਰਹੇ ਗੈਰਹਾਜ਼ਰ ਤੇ ਮੋਦੀ ਤੇ ਨੱਡਾ ਸਣੇ ਭਾਜਪਾ ਹਾਈ ਕਮਾਂਡ ਨੂੰ ਸੂਚਿਤ ਕਰਨ ਦਾ ਦਾਵਾ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਛਪੀ ਖਬਰ ਸੁਨੀਲ ਜਾਖੜ ਨੇ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜੁਪਿੰਦਰਜੀਤ ਸਿੰਘ ਸੀਨੀਅਰ ਪੱਤਰਕਾਰ ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜਾਖੜ ਨੂੰ ਅਜੇ ਸਾਲ ਤੋਂ ਪਹਿਲਾਂ ਹੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਾਖੜ ਦੇ ਅਸਤੀਫੇ ਨਾਲ ਭਾਜਪਾ ਪੰਚਾਇਤੀ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਵਿਉਣੀ ਹੋ ਗਈ ਹੈ ਜਾਖੜ ਨੇੜਲੇ ਸੂਤਰਾਂ ਤੇ ਭਾਜਪਾ ਪੰਜਾਬ ਇਕਾਈ ਤੇ ਰਾਸ਼ਟਰੀ ਜਥੇ ਬੰਦੀ ਵਿਛਲੇ ਸੂਤਰਾ ਨੇ ਵੀ ਜਾਖੜ ਵੱਲੋਂ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ ਜਾਖੜ ਪੰਚਾਇਤ ਚੋਣਾਂ ਬਾਰੇ ਰਣਨੀਤੀ ਘੜਨ ਤੇ ਵਿਚਾਰ ਚਰਚਾ ਕਰਨ ਲਈ ਸੱਦੀ ਪਾਰਟੀ ਦੀਆਂ ਮੀਟਿੰਗ ਚ ਵੀ ਗੈਰਹਾਜ਼ਰ ਰਹੇ ਸੂਤਰਾ ਮੁਤਾਬਕ ਪੰਜਾਬ ਭਾਜਪਾ ਦੇ ਸੀਨੀਅਰ ਅਹੁਦੇਦਾਰਾਂ ਨੇ ਅੱਜ ਦੀ ਬੈਠਕ ਵਿੱਚ ਸ਼ਮੂਲੀਤ ਸੰਬੰਧੀ ਜਾਖੜ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਨਾ ਤਾਂ ਅੱਜ ਤੇ ਨਾ ਹੀ ਭਵਿਕ ਵਿੱਚ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਵੱਜੋਂ ਕਿਸੇ ਮੀਟਿੰਗ 'ਚ ਸ਼ਾਮਲ ਹੋਣਗੇ ਜਾਖੜ ਨਾਲ ਜਦੋਂ ਇਸ ਬਾਰੇ ਸਿੱਧਾ رابطہ ਕੀਤਾ ਤਾਂ ਉਹਨਾਂ ਨੇ ਆਪਣੇ ਅਸਤੀਫੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ। ਇਸ ਮਾਮਲੇ ਵਿੱਚ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਸੂਤਰਾ ਨੇ ਇਹ ਵੀ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਅਜੇ ਤੱਕ ਜਾਖੜ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ। ਸੂਤਰਾਂ ਦੀ ਮੰਨੀਏ ਤਾਂ ਜਾਖੜ ਨੇ ਜੁਲਾਈ ਮਹੀਨੇ ਜਲੰਧਰ ਜਿਮਨੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਸਣੇ ਪਾਰਟੀ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਸੀ ਕਿ ਸੁਬਾਈ ਪ੍ਰਧਾਨ ਵਜੋਂ ਅੱਗੇ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੇ। ਜਾਖੜ 10 ਜੁਲਾਈ ਤੋਂ ਪੰਜਾਬ ਭਾਜਪਾ ਦੀ ਕਿਸੇ ਵੀ ਬੈਠਕ ਵਿੱਚ ਸ਼ਾਮਲ ਨਹੀਂ ਹੋਏ। ਪੰਜਾਬ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 'ਚ ਵੀ ਉਹ ਗੈਰਹਾਜ਼ਰ ਹਨ। ਪਾਰਟੀ ਅੰਦਰਲੇ ਸੂਤਰਾਂ ਨੇ ਕਿਹਾ ਕਿ ਜਾਖੜ ਕੁਝ ਰਵਾਇਤੀ ਭਾਜਪਾ ਆਗੂਆਂ ਨਾਲ ਅਸਹਿਜ ਮਹਿਸੂਸ ਕਰ ਰਹੇ ਨੇ ਤੇ ਅਕਸਰ ਹੀ ਵਿਉਂਤਬੰਦੀ ਤੇ ਰਾਜਨੀਤੀ ਨੂੰ ਲੈ ਕੇ ਉਹਨਾਂ ਦੀ ਰਾਏ ਨਹੀਂ ਮਿਲਦੀ ਸੀ। ਭਾਜਪਾ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚੋਂ ਇੱਕ ਵੀ ਸੀਟ ਜਿੱਤਣ ਵਿੱਚ ناکਾਮ ਰਹੀ ਸੀ। ਪਾਰਟੀ ਨੂੰ ਜ਼ਿਮਨੀ ਚੋਣ ਵਿੱਚ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਜਾਖੜ ਵੱਲੋਂ ਅਸਤੀਫਾ ਦੇਣਾ ਕੋਈ ਨਵੀਂ ਗੱਲ ਨਹੀਂ ਹੈ ਮਈ 2022 ਵਿੱਚ ਭਾਜਪਾ ਚ ਸ਼ਾਮਲ ਹੋਣ ਤੋਂ ਪਹਿਲਾਂ ਜਾਖੜ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿੰਦੇ ਆ ਵੀ ਇੱਕ ਨਹੀਂ ਕਈ ਵਾਰ ਅਸਤੀਫਾ ਦਿੱਤਾ ਸਾਲ 2019 ਵਿੱਚ ਬਾਲੀਵੁੱਡ ਅਦਾਕਾਰ ਸਨੀ ਦੇওল ਤੋਂ ਗਰਦਾਸਪੁਰ ਲੋਕ ਸਭਾ ਸੀਟ ਹਾਰਨ ਤੋਂ ਬਾਅਦ ਜਾਖੜ ਨੇ ਅਸਤੀਫਾ ਦਿੱਤਾ ਪਰ ਕਾਂਗਰਸ ਨੇ ਉਦੋਂ ਇਸ ਨੂੰ ਮਨਜ਼ੂਰ ਨਹੀਂ ਸੀ ਕੀਤਾ ਮਗਰੋਂ ਮਈ 22 ਵਿੱਚ ਵੀ ਫੇਸਬੁਕ ਤੇ ਲਾਈਵ ਹੋ ਕੇ استیفا دے ਦਿੱਤਾ ਸੂਤਰਾਂ ਮੁਤਾਬਕ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਉਹਨਾਂ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਦੇ ਫੈਸਲੇ ਤੋਂ ਵੀ ਜਾਖੜ ਨਰਾਜ਼ ਚੱਲ ਰਹੇ ਸਨ ਹੁਣ ਅਗਲੀ ਖਬਰ ਵੱਲ ਰੁੱਖ ਕਰਦੇ ਹਾਂ ਉਹ ਖਬਰ ਜੁੜੀ ਹੈ ਲਗਭਗ ਸਾਰੇ ਅਖਬਾਰਾਂ ਦੀ ਪਹਿਲੇ ਪੰਨੇ ਦੀ ਖਬਰ ਹੈ ਜਿਹੜੀ ਕੀ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਰਾਜਵਾਨਾ ਦੀ ਸਜ਼ਾਏ ਮੌਤ ਨੂੰ ਘਟਾਉਣ ਬਾਰੇ ਪਟੀਸ਼ਨ ਉੱਤੇ ਗੌਰ ਕਰੇਗੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਵਿਕੜ ਦਿੱਤਾ ਹੈ ਸਿਖਰਲੀ ਅਦਾਲਤ ਵੱਲੋਂ ਇਹ ਨੋਟਿਸ ਕੱਢਿਆ ਗਿਆ ਰਾਜਵਾਨਾ ਨੇ ਰਹਿਮ ਦੀ ਅਪੀਲ ਤੇ ਕੇਂਦਰ ਵੱਲੋਂ ਕੋਈ ਫੈਸਲਾ ਨਾ ਲੈਣ ਦੇ ਆਧਾਰ ਤੇ ਕੀਤੀ ਹੈ ਸਜ਼ਾ ਘਟਾਉਣ ਦੀ ਮੰਗ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨਤ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾਏ ਮੌਤ ਨੂੰ ਘਟਾ ਕੇ ਉਮਰ ਕੈਦ ਵਿੱਚ ਤਬਦੀਲ ਕਰਨ ਸੰਬੰਧੀ ਪਟੀਸ਼ਨ ਉੱਤੇ ਮੁੜ ਗੌਰ ਕਰਨ ਲਈ ਧਾਮੀ ਭਰੀ ਹੈ ਸੁਪਰੀਮ ਕੋਰਟ ਨੇ ਹਾਲਾਂਕਿ 16 ਮਹੀਨੇ ਪਹਿਲਾਂ ਜਿਹੀ ਪਟੀਸ਼ਨ ਖਾਰਜ ਵੀ ਕੀਤੀ ਸੀ ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਿੱਚ ਬੈਂਚ ਨੇ ਰਾਜੂਆਣਾ ਵੱਲੋਂ ਇਸ ਸੰਬੰਧੀ ਦਾਇਰ ਪਟੀਸ਼ਨ ਉੱਤੇ ਨੋਟਿਸ ਜਾਰੀ ਕਰਕੇ ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਜਵਾਬ ਤਲਬ ਕਰ ਲਿਆ ਹੈ ਪਟੀਸ਼ਨ ਇਸ ਆਧਾਰ ਤੇ ਉੱਤੇ ਪਾਈ ਗਈ ਹੈ ਕਿ ਕੇਂਦਰ ਸਰਕਾਰ ਰਾਜੂਆਣਾ ਵੱਲੋਂ 25 ਮਾਰਚ 2012 ਨੂੰ ਪਾਈ ਰਹਿਮ ਦੀ ਅਪੀਲ ਉੱਤੇ ਹੁਣ ਤੱਕ ਫੈਸਲਾ ਲੈਣ ਵਿੱਚ ਨਾਕਾਮ ਰਹੀ ਹੈ ਗੌਰਤਲਬ ਹੈ ਕਿ 1995 ਵਿੱਚ ਤਤਕਾਲੀ ਮੁੱਖ ਮੰਤਰੀ ਬਿਨਤ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਰਾਜਵਾਨਾ ਬੀਤੇ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸਜ਼ਾ ਦੀ ਅੜੀ ਕਰ ਰਹੇ ਨੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ 31 ਅਗਸਤ 1995 ਨੂੰ ਕੀਤੇ ਗਏ ਜਿਹੜੇ ਬੰਬ ਧਮਾਕੇ ਵਿੱਚ ਤਤਕਾਲੀ ਮੁੱਖ ਮੰਤਰੀ ਬਿਨਤ ਸਿੰਘ ਤੇ 116 ਹੋਰਨਾਂ ਦੀ ਜਾਨ ਜਾਂਦੀ ਰਹੀ ਸੀ ਇਸ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਨੇ ਰਾਜਵਾਨਾ ਨੂੰ 2007 ਵਿੱਚ ਦੋਸ਼ੀ ਕਰਾਰ ਦਿੰਦਿਆਂ ਸਜ਼ਾਏ ਮੌਤ ਸੁਣਾਈ ਸੀ ਰਾਜਵਾਨਾ ਵੱਲੋਂ ਦਾਇਰ ਰਹਿੰਦੀ ਅਪੀਲ ਬੀਤੇ 12 ਸਾਲਾਂ ਤੋਂ ਬਾਅਦ ਅਰਸ਼ੇ ਤੋਂ ਲਟਕ ਰਹੀ ਹੈ ਸੁਪਰੀਮ ਕੋਰਟ ਨੇ 3 ਮਈ 2023 ਨੂੰ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਖਾਰਜ ਕਰ ਦਿੱਤੀ ਸੀ ਤਾਂ ਹੁਣ ਅਗਲੀ ਸੁਣਵਾਈ ਜਦੋਂ ਹੋਵੇਗੀ ਉਸ ਦੇ ਵਿੱਚ ਦੇਖਦੇ ਹਾਂ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਾਜਵਾਨਾ ਦੇ ਇਸ ਕੇਸ ਦੇ ਵਿੱਚ ਕੀ ਜਵਾਬ ਦਾਖਲ ਕਰਦੇ ਨੇ ਹੁਣ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਉਹ ਜੁੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਨਾਲ ਬੀਤੇ ਦਿਨ ਦੀ ਇਹ ਖਬਰ ਹੈ ਜਦੋਂ ਸਾਰਿਆਂ ਕੋਲ ਸੂਚਨਾ ਗਈ ਤੇ ਸਾਰਿਆਂ ਨੂੰ ਵਿਕਰ ਮੰਡੀ ਦੇ ਵਿੱਚ ਇਹ ਜਾਣਨਾ ਚਾਹੁੰਦੇ ਸੀ ਕਿ ਮੁੱਖ ਮੰਤਰੀ ਨੂੰ ਆਖਰਕਾਰ ਹੋਇਆ ਕੀ ਹੈ ਇਸ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਪਰ ਇਸ ਮਾਮਲੇ ਦੇ ਵਿੱਚ ਹੁਣ 40s ਹਸਪਤਾਲ ਜਿਹੜਾ ਮੋਹਾਲੀ ਦੇ ਵਿੱਚ ਹੈ ਉੱਥੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਾਖਲ ਕਰਾਇਆ ਗਿਆ ਕਿਹਾ ਗਿਆ ਸੀ ਕਿ ਸਿਹਤ ਉਹਨਾਂ ਦੀ ਸਥਿਰ ਹੋ ਚੁੱਕੀ ਹੈ ਔਰ ਜਦੋਂ ਹੀ ਜਾਂਚ ਰਿਪੋਰਟਾਂ ਸਾਰੀਆਂ ਹੋ ਜਾਣਗੀਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਰਿਲੀਜ਼ ਕਰ ਦਿੱਤਾ ਜਾਵੇਗਾ ਤਾਂ ਉਹਨਾਂ ਨੂੰ ਵਾਪਸ ਆਰਾਮ ਕਰਨ ਦੇ ਲਈ ਮੁੱਖ ਮੰਤਰੀ ਨਿਵਾਸ ਭੇਜ ਦਿੱਤਾ ਜਾਵੇਗਾ ਪਰ ਹੁਣ ਪਤਾ ਲੱਗਿਆ ਇਖੂਨ ਦਾ ਦਬਾਅ ਅਸਥਿਰ ਹੋਣ ਤੇ ਸਾਹ ਚ ਤਕਲੀਫ ਕਾਰਨ ਕੱਲ੍ਹ ਦੇਰ ਰਾਤ ਜਿਹੜੇ ਹਸਪਤਾਲ ਦੇ ਵਿੱਚ ਲਿਜਾਣਾ ਪੈ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਮੈਡੀਕਲ ਰਿਪੋਰਟਾਂ ਦੇਖਣ ਤੋਂ ਬਾਅਦ ਡਾਕਟਰ ਲੈਣਗੇ ਅਗਲਾ ਫੈਸਲਾ ਇਸ ਮਾਮਲੇ ਦੇ ਵਿੱਚ ਹੁਣ 40 ਹਸਪਤਾਲ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਮੁੱਖ ਮੰਤਰੀ ਦੇ ਫੇਫੜਿਆਂ ਨੂੰ ਖੂਨ ਸਪਲਾਈ ਕਰ ਰਹੀ ਨਾੜ ਵਿੱਚ ਕਾਫੀ ਸੋਜ ਆ ਗਈ ਸੀ ਜਿਸ ਕਾਰਨ ਦਿਲ ਤੇ ਦਬਾਅ ਰਿਹਾ ਜਿਸ ਕਾਰਨ ਬਲੱਡ ਪ੍ਰੈਸ਼ਰ ਵਿੱਚ ਵੀ ਉਤਰਾ ਚੜਾ ਆ ਰਿਹਾ ਡਾਕਟਰਾਂ ਨੇ ਦੱਸਿਆ ਕਿ ਜਾਂਚ ਅਜੇ ਜਾਰੀ ਹੈ ਕੁਝ ਹੋਰ ਟੈਸਟਾਂ ਦੀਆਂ ਰਿਪੋਰਟਾਂ ਕੱਲ ਸਵੇਰੇ ਤੱਕ ਆਉਣਗੀਆਂ ਉਸ ਤੋਂ ਬਾਅਦ ਹੀ ਉਹਨਾਂ ਦੇ ਇਲਾਜ ਬਾਰੇ ਫੈਸਲਾ ਲਗਾਤਾਰ ਜਿਹੜਾ ਉਹ ਲਿਆ ਜਾਵੇਗਾ ਸੂਚਨਾ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਤ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ ਤੇ ਬਲੱਡ ਪ੍ਰੈਸ਼ਰ ਵੀ ਲਗਾਤਾਰ ਵੱਧ ਘਟ ਰਿਹਾ ਸੀ 40 ਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਔਰ ਕਾਲੀ ਵਿੱਚ ਹਸਪਤਾਲ ਆਉਣ ਕਾਰਨ ਵੀ ਜਦੋਂ ਰਾਤ ਹਸਪਤਾਲ ਪਹੁੰਚੇ ਤਾਂ ਉਹਨਾਂ ਨਾਲ ਸੁਰੱਖਿਆ ਅਮਲਾ ਵੀ ਨਹੀਂ ਸੀ ਤੇ ਉਹ ਗੱਡੀ ਤੋਂ ਉਤਰ ਕੇ ਖੁਦ ਅੰਦਰ ਗਏ ਵੀ ਦੱਸਿਆ ਜਾਂਦਾ ਹੈ ਉਹਨਾਂ ਨੂੰ ਫੋਰਟੀ ਹਸਪਤਾਲ ਦੀ ਤੀਜੀ ਮੰਜ਼ਲ ਤੇ ਰੱਖਿਆ ਗਿਆ ਤੇ ਉਸ ਪਾਸੇ ਆਮ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਮੁੱਖ ਮੰਤਰੀ ਦੇ ਹਸਪਤਾਲ ਪੁੱਜਣ ਤੋਂ ਕੁਝ ਸਮਾਂ ਬਾਅਦ ਹੀ ਸੁਰੱਖਿਆ ਅਮਲਾ ਉੱਥੇ ਤੈਨਾਤ ਕਰ ਦਿੱਤਾ ਗਿਆ ਪ੍ਰੋਟੋਕਾਲ ਦੇ ਮੁਤਾਬਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਸਥਿਰ ਦੱਸੀ ਜਾ ਰਹੀ ਹੈ ਪਰ ਬਲੱਡ ਪ੍ਰੈਸ਼ਰ ਵਧਣ ਦੇ ਕਰਕੇ ਔਰ ਸਾਹ ਦੇ ਵਿੱਚ ਦਿੱਕਤ ਆਉਣ ਦੇ ਕਰਕੇ ਉਹਨਾਂ ਨੂੰ ਦਾਖਲ ਕਰਵਾਉਣਾ ਪੈ ਗਿਆ ਸੀ ਫੋਰਟਿਸ ਹਸਪਤਾਲ ਦੇ ਵਿੱਚ ਅੱਜ ਡਾਕਟਰ ਰਿਪੋਰਟਾਂ ਜਿਹੜੀਆਂ ਆਉਣਗੀਆਂ ਉਸ ਦੇ ਆਧਾਰ ਦੇ ਉੱਤੇ ਹੀ ਫੈਸਲਾ ਲੈਣਗੇ ਕਿ ਮੁੱਖ ਮੰਤਰੀ ਨੂੰ ਹਸਪਤਾਲ ਦੇ ਵਿੱਚ ਹੀ ਕੁਝ ਘੰਟੇ ਹੋਰ ਰੱਖਿਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਤੇ ਉਹ ਆਪਣੇ ਘਰ ਦੇ ਵਿੱਚ ਵੀ ਆਰਾਮ ਕਰ ਸਕਦੇ ਨੇ ਅਗਲੀ ਖਬਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਨਾਲ ਜੁੜੀ ਹੈ ਹਾਲਾਂਕਿ ਇੱਕ ਫਿਲਮ ਪਹਿਲਾਂ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਆਧਾਰਿਤ ਸੈਂਸਰ ਬੋਰਡ ਵੱਲੋਂ ਜਾਣਕਾਰੀ ਆਉਂਦੀ ਹੈ ਕਿ 120 ਕੱਟ ਲਾ ਦਿੱਤੇ ਗਏ ਨੇ ਔਰ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਜਸਵੰਤ ਸਿੰਘ ਖਾਲੜਾ ਜਿਹੜੇ ਮੁੱਖ ਨਾਇਕ ਦਾ ਕਿਰਦਾਰ ਨਭਾਉਣ ਵਾਲੇ ਦਿਲਜੀਤ ਦਸਾਂਜ ਉਸ ਦੇ ਵਿੱਚ ਨਾਮ ਜਸਵੰਤ ਸਿੰਘ ਖਾਲੜਾ ਨਹੀਂ ਹੋਣਾ ਚਾਹੀਦਾ ਤਾਂ ਇਸ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦੇ ੜਿੱਕੇ ਪੈ ਰਹੇ ਨੇ ਇੱਕ ਪਾਸੇ ਉਹ ਚਰਚਾ ਦਾ ਵਿਸ਼ਾ ਸੀ ਤੇ ਹੁਣ ਐਮਰਜੈਂਸੀ ਫਿਲਮ ਨੂੰ ਲੈ ਕੇ ਸੈਂਸਰ ਬੋਰਡ ਨੇ ਸਰਟੀਫਿਕੇਟ ਦੇਣ ਦਾ ਇਸ਼ਾਰਾ ਕਰ ਦਿੱਤਾ ਪਰ ਨਾਲ ਕਿਹਾ ਕਿ ਕੁਝ ਕੱਟ ਜ਼ਰੂਰ ਲੱਗਣਗੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਕੰਗਣਾ ਨਾਉਦ ਦੀ ਫਿਲਮ ਐਮਰਜੈਂਸੀ ਨੂੰ ਕੁਝ ਕਾਂਟ-ਛਾਂਟ ਤੋਂ ਬਾਅਦ ਰਿਲੀਜ਼ ਕਰਨ ਲਈ ਸਰਟੀਫିକੇਟ ਦਿੱਤਾ ਜਾ ਸਕਦਾ ਹੈ। ਸਮੀਖਿਆ ਕਮੇਟੀ ਨੇ ਫਿਲਮ 'ਚ ਕੁਝ ਕੱਟ ਲਾਉਣ ਦੀ ਸਿਫਾਰਿਸ਼ ਕੀਤੀ ਜਿਸ ਮੁਤਾਬਕ ਕੱਟ ਲਾਏ ਜਾਣਗੇ। ਐਮਰਜੈਂਸੀ ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਤੋਂ ਮਨਜ਼ੂਰੀ ਨਾ ਮਿਲਣ ਕਰ ਇਸ ਦੀ ਰਿਲੀਜ਼ ਹਾਲੇ ਵੀ ਰੁਕੀ ਹੋਈ ਹੈ। ਕੰਗਣਾ ਦਾ ਦੋਸ਼ ਹੈ ਕਿ ਸੈਂਸਰ ਬੋਰਡ ਨੂੰ ਬੋਰਡ ਫਿਲਮ ਨੂੰ ਸਰਟੀਫਿਕੇਟ ਜਾਰੀ ਨਹੀਂ ਕਰ ਰਿਹਾ ਤੇ ਫਿਲਮ ਦੀ ਰਿਲੀਜ਼ 'ਚ ਦੇਰੀ ਕਰ ਰਿਹਾ ਹੈ। ਅੰਗਣਾ ਨੇ ਫਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਇੰਤਰਾ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਇਸ ਤੋਂ ਇਲਾਵਾ ਉਹਨਾਂ ਨੇ ਫਿਲਮ ਦਾ ਨਿਰਦੇਸ਼ਨ ਤੇ ਸਹਿ-ਨਿਰਮਾਣ ਵੀ ਕੀਤਾ ਸ਼੍ਰੋਮਣੀ ਕਾਲੀਦਾਲ ਸਮੇਤ ਕੁਝ ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਫਿਲਮ 'ਚ ਉਹਨਾਂ ਨੇ ਦੇ ਭਾਈਚਾਰੇ ਤੇ ਇਤਿਹਾਸਕ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਇਹ ਫਿਲਮ ਵਿਵਾਦਾਂ ਦੇ ਵਿੱਚ ਘਿਰ ਗਈ ਸੀ ਐਮਰਜੈਂਸੀ ਦੇ ਸਹਿ-ਨਿਰਮਾਤਾ ਜੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਸ ਨੇ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰਕੇ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਜਸਟਿਸ ਬੀਪੀ ਉਲਾਬਾ ਵਾਲਾ ਤੇ ਫਿਰਦੌਸ ਪੂਨੀ ਵਾਲਾ ਦੇ ਬੈਂਚ ਨੇ ਪਿਛਲੇ ਹਫਤੇ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਤੇ ਫੈਸਲਾ ਨਾ ਲੈਣ ਲਈ ਸੈਂਸਰ ਬੋਰਡ ਨੂੰ ਵੀ ਝਾੜ ਪਾਈ ਸੀ ਹਾਈ ਕੋਰਟ ਨੇ ਕਿਹਾ ਸੀ ਕਿ ਸੈਂਸਰ ਬੋਰਡ ਨਿਰਪੱਖ ਨਹੀਂ ਰਹਿ ਸਕਦਾ ਤੇ ਉਸ ਨੂੰ ਫੈਸਲਾ ਲੈਣਾ ਪਵੇਗਾ ਇਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਇਸ਼ਾਰਾ ਵੀ ਕਰ ਦਿੱਤਾ ਗਿਆ ਆ ਦੇਖਦੇ ਹਾਂ ਕਿ ਕਦੋਂ ਕੰਗਣਾ ਰਣੋਤ ਦੀ ਆਉਣ ਵਾਲੀ ਫਿਲਮ emergancy ਜਿਹੜੀ 6 ਸਤੰਬਰ ਨੂੰ ਪਹਿਲਾਂ ਰਿਲੀਜ਼ ਹੋਣੀ ਸੀ ਤਾਂ ਉਸ ਦੀ ਅਗਲੀ ਕੋਈ ਵੀ ਤਾਰੀਖ ਅਨਾਉਂਸ ਕੀਤੀ ਜਾ ਸਕਦੀ ਹੈ ਅਗਲੀ ਖਬਰ ਪੰਜਾਬ ਤੇ ਪੰਜਾਬੀਆਂ ਲਈ ਖਾਸ ਤੌਰ ਤੇ ਜੁੜੀ ਹੈ ਕਿਉਂਕਿ ਅੱਜ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦੀ ਪੱਤਰ ਦਾਖਲ ਹੋਣੇ ਸ਼ੁਰੂ ਹੋ ਜਾਣਗੇ ਸਮਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਰੱਖਿਆ ਗਿਆ ਹੈ ਇਹੀ ਸਿਲਸਿਲਾ ਲਗਾਤਾਰ ਚੱਲੇਗਾ 4 ਅਕਤੂਬਰ ਤੱਕ ਵਿੱਚ ਜਿਹੜੀਆਂ ਛੁੱਟੀਆਂ ਵੀ ਨੇ ਗੈਟਿਡਡ ਛੁੱਟੀਆਂ ਉਹ ਵੀ ਹੋਣਗੀਆਂ ਉਸ ਦਿਨੇ ਕੰਮ ਨਹੀਂ ਹੋਵੇਗਾ ਇਸੇ ਕਰਕੇ ਲਗਭਗ 5 ਤੋਂ 6 ਦਿਨ ਦਾ ਸਮਾਂ ਰੱਖ ਦਿੱਤਾ ਗਿਆ ਇਸ ਦੇ ਦੌਰਾਨ ਤੁਸੀਂ ਪੰਚ ਜਾਂ ਸਰਪੰਚ ਉਮੀਦਵਾਰ ਦੇ ਲਈ ਆਪਣੇ ਕਾਗਜ਼ ਦਾਖਲ ਕਰ ਸਕਦੇ ਹੋ 4 ਅਕਤੂਬਰ ਤੱਕ ਇਹ ਕਾਗਜ਼ ਭਰੇ ਜਾਣਗੇ ਤੇ ਡਿਪਟੀ ਕਮਿਸ਼ਨਰਾਂ ਵੱਲੋਂ ਚੋਣ ਪ੍ਰਬੰਧ ਮੁਕੰਮਲ ਕੀਤੇ ਜਾਣ ਦਾ ਦਾਵਾ ਹੈ ਔਰ ਬੀਤੀ ਦੇਰ ਸ਼ਾਮ ਤੱਕ ਜਿਹੜੀਆਂ ਸੂਚੀਆਂ ਜਾਰੀ ਹੁੰਦੀਆਂ ਰਹੀਆਂ ਰਿਜ਼ਰਵੇਸ਼ਨ ਨੂੰ ਲੈ ਕੇ ਹਾਲਾਂਕਿ ਵਿਰੋਧੀਆਂ ਨੇ ਇਸ ਦੇ ਉੱਤੇ ਸਵਾਲ ਵੀ ਖੜੇ ਕੀਤੇ ਸਨ ਇਸ ਮਸਲੇ ਦੇ ਵਿੱਚ ਕਿਉਂ ਦੇਰੀ ਹੋਈ ਰਿਜ਼ਰਵੇਸ਼ਨ ਦੀ ਸੂਚੀ ਕਿਉਂ ਦੇਰੀ ਨਾਲ ਲਾਗੂ ਕੀਤੀ ਗਈ ਇਸੇ ਕਰਕੇ ਪੰਚਾਇਤਾਂ ਦੇ ਰਾਖਵੇਂਕਰਨ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ देर रात ਤੱਕ ਲੋਕਾਂ ਦੇ ਜਿਹੜੀ ਐ ਸਿਰਦਰਦੀ ਬਣੀ ਰਹੀ ਚਿੰਤਾ 'ਚ ਡੁੱਬੇ ਰਹੇ ਕਿ ਸਾਡੀ ਪਿੰਡ ਦੀ ਸੀਟ ਰਿਜ਼ਰਵ ਹੋਵੇਗੀ ਜਾਂ ਫਿਰ ਜਨਰਲ ਕੈਟਾਗਰੀ 'ਚ ਨਾਮਿਤਗੀਆਂ ਦਾ ਅਮਲ ਸ਼ੁਰੂ ਹੋਣ ਦੇ ਬਾਵਜੂਦ ਕਈ ਜ਼ਿਲ੍ਹਿਆਂ 'ਚ ਜਾਰੀ ਨਹੀਂ ਸੀ ਹੋਇਆ देर रात ਤੱਕ ਨੋਟੀਫਿਕੇਸ਼ਨ ਇਸ ਮਾਮਲੇ ਦੇ ਵਿੱਚ ਵੀ ਲਗਾਤਾਰ ਚਰਚਾ ਬਣੀ ਹੋਈ ਹੈ ਜਿਸ ਕਾਰਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਦੇ ਪਿੰਡ ਪੰਚਾਇਤ ਐਸਸੀ ਵਰਗ ਜਾਂ ਫਿਰ ਔਰਤ ਵਰਗ ਲਈ ਰਾਖਵੀਂ ਹੈ ਜਾਂ ਫਿਰ ਇਸ ਵਾਰ ਜਨਰਲ ਵਰਗ ਦਾ ਉਮੀਦਵਾਰ ਵੀ ਸੰਬੰਧਿਤ ਪੰਚਾਇਤ ਚੋਣ ਲੜ ਸਕਦਾ ਹੈ ਪੰਚਾਇਤਾਂ ਦੇ ਰਾਖਵੇਂ ਕਰਨ ਬਾਰੇ ਸਥਿਤੀ ਸਪਸ਼ਟ ਨਾ ਹੋਣ ਕਾਰਨ ਚੋਣਾਂ ਲੜਨ ਦੇ ਚਾਹਵਾਨ ਦੇ ਸਾਹ ਸੁੱਕੇ ਹੋਏ ਨੇ ਉਹ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਹਾਸਲ ਕਰਨ ਲਈ देर रात ਤੱਕ ਕਦੇ ਕਿਸੇ ਨੂੰ ਫੋਨ ਕਰਕੇ ਤੇ ਜਾਂ ਵੈੱਬਸਾਈਟ ਫਰੋਲਦੇ ਰਹੇ ਇਸ ਦੇ ਬਾਵਜੂਦ ਉਹਨਾਂ ਦੇ ਪੱਲੇ ਨਿਰਾਸ਼ਾ ਕਈਆਂ ਦੇ ਪਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਨੋਟੀਫਿਕੇਸ਼ਨ ਦੇਰ ਰਾਤ ਤੱਕ ਜਾਰੀ ਹੋ ਚੁੱਕੇ ਸਨ ਕਿਸੇ ਅਧਿਕਾਰੀ ਨੇ ਉਹਨਾਂ ਨੂੰ ਕੋਈ ਲੜ ਪੱਲਾ ਨਹੀਂ ਫੜਾਇਆ ਔਰ ਇਸੇ ਕਰਕੇ ਕਈ ਜ਼ਿਲ੍ਹਿਆਂ ਚ ਪੰਚਾਇਤਾਂ ਦੇ ਰੱਖਵੇਂ ਕਰਨ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੋਟੀਫਿਕੇਸ਼ਨ ਦੇਰ ਰਾਤ ਤੱਕ ਜਾਰੀ ਕਰ ਦਿੱਤੇ ਗਏ ਬਹੁਤੇ ਜ਼ਿਲ੍ਹਿਆਂ ਵਿੱਚ ਲੋਕਾਂ ਨੇ ਨੋਟੀਫਿਕੇਸ਼ਨ ਦੀ ਉਡੀਕ ਸਾਰੀ ਰਾਤ ਕੀਤੀ ਉਹਨਾਂ ਅਨੁਸਾਰ ਰਾਤ ਨੋਟੀਫਿਕੇਸ਼ਨ ਕਾਪੀ ਨਹੀਂ ਮਿਲ ਸਕੀ ਉਧਰ ਜਿੰਨਾ ਜ਼ਿਲ੍ਹਿਆਂ ਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹ ਵੀ ਦੇਰ ਰਾਤ ਤੱਕ ਦਿੱਤੇ ਜਾਣਕਾਰੀ ਬਹੁਤੇ ਲੋਕਾਂ ਤੱਕ ਇਸ ਦੀ ਜਾਣਕਾਰੀ ਨਹੀਂ ਪਹੁੰਚਾ ਸਕੇ ਇਸ ਕਰ ਰੱਖਵੇ ਕਰਨ ਸੰਬੰਧੀ ਲੋਕਾਂ ਅੰਦਰ ਲਗਾਤਾਰ ਭੰਬਲ ਪੂਸਾ ਬਣਿਆ ਹੋਇਆ ਇੱਥੇ ਦੱਸਣਯੋਗ ਹੈ ਕਿ ਪੰਚਾਇਤੀ ਚੋਣਾਂ ਸੰਬੰਧੀ ਪਿੰਡਾਂ ਦੇ ਲੋਕਾਂ ਚ ਭਾਰੀ ਉਤਸ਼ਾਹ ਨਹੀਂ ਬਲਕਿ ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਪੂਰੀ ਤਿਆਰੀ ਖੇਚੀ ਗਈ ਹੈ ਪਰ ਰੱਖਵੇ ਕਰਨ ਸੰਬੰਧੀ ਸਥਿਤੀ ਸਪਸ਼ਟ ਨਾ ਹੋਣ ਕਾਰਨ ਉਹ ਖੁੱਲ ਕੇ ਆਪਣੀ ਸਰਗਰਮੀ ਵੀ ਸ਼ੁਰੂ ਨਹੀਂ ਕਰ ਸਕੇ ਔਰ ਜਿੱਥੇ-ਜਿੱਥੇ ਕਲੀਅਰ ਨਹੀਂ ਹੈ ਸਥਿਤੀ ਕਿ ਕਿਹੜੀ ಗ್ರಾಮ ਪੰਚਾਇਤ ਰੱਖਵੀ ਹੋਏਗੀ ਔਰਤ ਲਈ ਜਾਂ ਰੱਖਵੀ ਹੋਏਗੀ ਮਰਦ ਲਈ ਜਾਂ ਫਿਰ ਇਸ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਕਿ ਜਰਨਲਸ ਕੈਟਾਗਰੀ ਦੇ ਵਿੱਚ ਹੋਵੇਗੀ ਇਹ ਰੱਖਵੇਂ ਕਰਨ ਦੀਆਂ ਸੂਚੀਆਂ ਦੀ ਦੇਰੀ ਨੇ ਵੀ ਕਾਫੀ ਲੋਕਾਂ ਨੂੰ ਚਿਤੀ ਦੇ ਵਿੱਚ ਪਾਈ ਰੱਖਿਆ ਪਰ ਅੱਜ ਤੱਕ ਜਦੋਂ ਹੁਣ ਕਾਗਜ਼ ਭਰੇ ਜਾਣਗੇ 11 ਵਜੇ ਤੱਕ ਲਗਭਗ ਸਾਰਿਆਂ ਨੂੰ ਉਹ ਸੂਚਨਾ ਮਿਲ ਜਾਵੇਗੀ ਜਿਸ ਦੇ ਕਰਕੇ ਫਿਰ ਅੱਗੇ ਉਹ ਅਮਲ ਦੇ ਵਿੱਚ ਕਾਰਵਾਈ ਲਿਆ ਸਕਦੇ ਨੇ ਪੰਚ ਜਾਂ ਸਰਪੰਚ ਉਮੀਦਵਾਰ ਦੇ ਲਈ ਕਾਗਜ਼ ਆਪਣੇ ਦਾਖਲ ਕਰਵਾ ਸਕਦੇ ਨੇ ਹੁਣ ਅਗਲੀ ਖਬਰ ਜੁੜੀ ਹੈ ਇੱਕ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਉਹ ਖਬਰ ਪਹਿਲਾਂ ਵੀ ਅਸੀਂ ਸਾਂਝੀ ਕੀਤੀ ਸੀ ਤੇ ਇਸ ਤੜਕੇ ਦੀਆਂ ਖਬਰਾਂ ਦਾ ਇੱਕ ਅਹਿਮ ਹਿੱਸਾ ਇਸ ਕਰਕੇ ਹੈ ਕਿਉਂਕਿ ਅੱਜ ਤੋਂ ਲਾਡੋਵਾਲ ਟੋਲ ਪਲਾਜ਼ਾ ਮੁਫਤ ਹੋਣ ਜਾ ਰਿਹਾ ਉਹ ਇਸ ਕਰਕੇ ਨਹੀਂ ਕਿ ਕੰਪਨੀ ਨੇ ਫੈਸਲਾ ਲਿਆ ਉਹ ਇਸ ਕਰਕੇ ਕਿਉਂਕਿ ਉੱਥੋਂ ਦੀ ਜਿਹੜੀ ਐਸੋਸੀਏਸ਼ਨ ਹੈ ਯੂਨੀਅਨ ਉਹਨਾਂ ਦੇ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਕਾਫੀ ਲੰਮੇ ਸਮੇਂ ਤੋਂ ਲਟਕਦੀਆਂ ਹੁੰਦੀਆਂ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਲਾ ਵੀ ਜਾਰੀ ਰਿਹਾ ਪਰ ਗੱਲ ਨਹੀਂ ਬਣੀ ਸਹਿਮਤੀ ਨਹੀਂ ਬਣੀ ਪਹਿਲਾਂ ਇਸ ਤੋਂ ਕਿਸਾਨ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਹੋਰ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲ ਕੇ ਕਾਫੀ ਲੰਮਾ ਸਮਾਂ ਉੱਥੇ ਟੋਲ ਪਲਾਜ਼ਾ ਬੰਦ ਰੱਖਿਆ ਤੇ ਵਾਣ ਮੁਫਤ ਦੇ ਵਿੱਚ ਆਉਂਦੇ ਜਾਂਦੇ ਸਨ ਉਹਨਾਂ ਦਿਨਾਂ ਦਰਾਂ ਤੇ ਹੁਣ ਇੱਕ ਵਾਰੀ ਫੇਰ ਜਿਹੜਾ ਹੈ ਉਹ ਟੋਲ ਪਲਾਜ਼ਾ ਮੁਫਤ ਹੋਣ ਜਾ ਰਿਹਾ ਹੈ ਜਿਸ ਦੇ ਕਰਕੇ ਟੋਲ ਪਲਾਜ਼ਾ ਕੰਪਨੀ ਤੇ ਮੰਗਾਂ ਵੱਲ ਧਿਆਨ ਨਾ ਦੇਣ ਦਾ ਦੋਸ਼ ਹੈ ਇਹ ਮੇਂਗੇ ਟੋਲ ਪਲਾਜੇ ਦੇ ਮੁਲਾਜ਼ਮਾਂ ਨੇ ਸੰਚਾਲਕ ਕੰਪਨੀ ਵੱਲੋਂ ਉਹਨਾਂ ਦੀ ਮੰਗਾਂ ਹੱਲ ਨਾ ਕਰਨ ਤੇ ਜਿਹੜੇ ਐਲਾਨ ਕੀਤਾ ਸੀ ਟੋਲ ਪਲਾਜਾ ਵਰਕਰਜ਼ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਵਰਕਰਾਂ ਦੀਆਂ ਕਈ ਮੰਗਾਂ ਕਾਫੀ ਸਮੇਂ ਤੋਂ ਲਟਕ ਰਹੀਆਂ ਨੇ ਵਾਰ-ਵਾਰ ਕਹਿਣ ਤੇ ਵੀ ਕੰਪਨੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਿਸ ਕਾਰਨ ਉਹਨਾਂ ਨੂੰ ਕੱਲ ਇੱਕੋ ਹੀ ਹੱਲ ਬਚਿਆ ਕਿ ਉਹਨਾਂ ਨੇ ਕਿਹਾ ਕਿ ਕੰਮ ਛੱਡ ਕੇ ਪ੍ਰਦਰਸ਼ਨ ਕਰਨਗੇ 27 ਸਤੰਬਰ ਯਾਨੀ ਕੱਜ ਤੋਂ ਟੋਲ ਪਲਾਜ਼ਾ ਫ੍ਰੀ ਹੋ ਸਕਦਾ ਹੈ ਤੇ ਉੱਥੋਂ ਲੰਘਣ ਵਾਲੇ ਵਾਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ ਕਰਮਚਾਰੀਆਂ ਦੇ ਧਰਨੇ ਤੇ ਜਾਣ ਦੇ ਐਲਾਨ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਉਹਨਾਂ ਨਾਲ ਮੀਟਿੰਗ ਕਰ ਰਹੇ ਨੇ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਆਗੂ ਬਚਿੱਤਰ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਬਾਰੇ ਕੰਪਨੀ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਉਹ ਮੀਟਿੰਗ ਕਰਕੇ ਫਿਰ ਭੁੱਲ ਜਾਂਦੇ ਨੇ ਉਹਨਾਂ ਕਿਹਾ ਕਿ ਨਾ ਤਾਂ ਕਰਮਚਾਰੀਆਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਨਾ ਹੀ ਪੀਐਫ ਕੱਟਿਆ ਜਾ ਰਿਹਾ ਕੰਪਨੀ ਨੇ ਟੋਲ ਮੁਲਾਜ਼ਮਾਂ ਨੂੰ ESI ਤੇ ਭਲਾਈ ਸਕੀਮਾਂ ਨੂੰ ਵੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਉਹਨਾਂ ਕਹਿਆ ਕਿ ਇਸ ਦੇ ਰੋਸ ਵਿੱਚ ਵਰਕਰਾਂ ਨੇ ਮੰਗਾਂ ਦੇ ਮਨਵਾਉਣ ਦੇ ਲਈ ਹੜਤਾਲ ਦਾ ਐਲਾਨ ਕੀਤਾ ਹੈ ਜਾਣ ਦਾ ਫੈਸਲਾ ਕੀਤਾ ਬਚਿੱਤਰ ਸਿੰਘ ਨੇ ਕਿਹਾ ਕਿ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ 27 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਅមਿੱਥੇ ਸਮੇਂ ਲਈ ਬੰਦ ਕੀਤਾ ਜਾਵੇਗਾ ਕਿਸੇ ਵੀ ਵਾਹਨ ਚਾਲਕ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ ਹੁਣ ਦੇਖਦੇ ਹਾਂ ਕਿ ਕੰਪਨੀ ਇਸ ਧਰਨੇ ਨੂੰ ਸ਼ੁਰੂ ਕਰਵਾਉਣ ਦੇ ਲਈ ਜਾਂ ਜਿਹੜੇ ਵੇਲੇ ਤੁਹਾਡੇ ਤੱਕ ਇਹ ਸੂਚਨਾ ਪਹੁੰਚ ਰਹੀ ਆ ਉਦੋਂ ਤੱਕ ਮਨਾ ਪਾਵੇਗੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਜਾਂ ਫਿਰ ਟੋਲ ਪਲਾઝા ਨੂੰ ਮਿੱਥੇ ਸਮੇਂ ਦੇ ਲਈ ਬੰਦ ਰਹਿ ਸਕਦਾ ਹੈ ਉਥੋਂ ਆਉਣ ਜਾਣ ਵਾਲੇ ਜਿਹੜੇ ਵਹੀਕਲ ਨੇ ਵਾਹਨ ਨੇ ਉਹ ਮੁਫਤ ਆ ਜਾ ਸਕਣਗੇ ਅਗਲੀ ਖਬਰ ਜੁੜੀ ਹੈ ਮੰਤਰੀ ਅਮਨ ਰੋੜਾ ਦੀ ਕੋਠੀ ਦੇ ਘਰਾਉ ਦੇ ਬਾਰੇ ਰਾਖਵੇਂ ਕਰਨ ਤੋਂ ਖਫਾ ਲੋਕਾਂ ਨੇ ਕੈਬਨਿਟ ਮੰਤਰੀ ਅਮਨ ਰੋੜਾ ਦੀ ਕੋਠੀ ਕੱਲ੍ਹ ਘੇਰ ਲਈ ਸੀ ਸੁਨਾਮ ਬਲਾਕ ਦੇ ਪਿੰਡ ਬਿਗੜਵਾਲ ਵਿਖੇ ਸਰਪੰਚੀ ਅਨਸੂਚੀ ਜਾਤੀ ਲਈ ਰਾਖਵੇਂ ਕਰ ਦਿੱਤੇ ਜਾਣ ਤੋਂ ਖਫਾ ਪਿੰਡ ਦੇ ਲੋਕਾਂ ਨੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਰੋੜਾ ਦੀ ਕੋਠੀ ਮੂਰੇ ਧਰਨਾ ਲਾ ਦਿੱਤਾ ਧਰਨੇ ਵਿੱਚ ਬੀਬੀਆਂ ਨੇ ਵੱਡੀ ਗਿਣਤੀ ਸ਼ਮੂਲੀਅਤ ਕੀਤੀ ਧਰਨਾਕਾਰੀਆਂ ਦਾ ਕਹਿਣਾ ਹੈ ਕਿ 3 ਦਿਨ ਪਹਿਲਾਂ ਪਿੰਡ ਦੇ ਪਤਵੰਤਿਆਂ ਨੇ ਪਿੰਡ ਅੰਦਰ ਸਾਂਝਾ ਇਕੱਠ ਕਰਕੇ ਜਨਰਲ ਵਰਗ ਦੇ ਵਿਅਕਤੀ ਰਮਨਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣ ਦਾ ਫੈਸਲਾ ਕੀਤਾ ਤੇ ਪੰਚਾਂ ਤੇ ਵੀ ਸਹਿਮਤੀ ਬਣ ਗਈ ਸੀ ਲੇਕਿਨ ਰਾਖਵੇਂ ਕਰਨ ਦੀ ਸੂਚੀ ਵਿੱਚ ਵਿਗੜਵਾਲ ਪਿੰਡ ਦੀ ਸਰਪੰਚੀ ਨੂੰ ਹੁਣ ਸੋਚੀ ਜਾਤੀ ਲਈ ਰਾਖਵੀਂ ਕਰ ਦਿੱਤਾ ਗਿਆ ਵੀਰਵਾਰ ਨੂੰ ਸੁਨਾਮ ਵਿਖੇ ਕੈਬਨਟ ਮੰਤਰੀ ਅਮਨ ਰੋੜਾ ਦੀ ਕੋਠੀ ਮੂਹਰੇ ਦੇਤੇ ਧਰਨੇ ਨਾਲ ਗੱਲਬਾਤ ਕਰਦੇ ਆ ਰਮਨਪ੍ਰੀਤ ਸਿੰਘ ਬਲਕਾਰ ਸਿੰਘ ਗੁਰਮੀਤ ਸਿੰਘ ਔਰ ਚਰਨ ਸਿੰਘ ਤੇ ਗੋਬਿੰਦ ਸਿੰਘ ਨੰਬਰਦਾਰ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤਾਂ ਦੀ ਸਰਬਸੰਮਤੀ ਕਰਵਾਉਣ ਦੇ ਲਈ ਦੁਹਾਈ ਪਾ ਰਹੀ ਹੈ ਦੂਜੇ ਪਾਸੇ ਸਰਬਸੰਮਤੀ ਹੋ ਜਾਣ ਦੇ ਫੈਸਲਿਆਂ ਨੂੰ ਲੰਘ ਕੇ ਰਾਖਵੇਂ ਕਰਨ ਦਾ ਮੁੱਦਾ ਚੁੱਕਿਆ ਜਾ ਰਿਹਾ ਨਾ ਕਿ ਆ ਕਿ 23 ਸਤੰਬਰ ਨੂੰ ਪਿੰਡ ਬਿਗੜਵਾਲ ਵਿਖੇ ਸਰਬਸੰਮਤੀ ਨਾਲ ਪੰਚਾਇਤ ਬਣਾਉਣ ਲਈ ਪਤਵੰਤਿਆਂ ਦਾ ਇਕੱਠ ਪਿੰਡ ਬਿਗੜਵਾਲ ਵਿਖੇ ਸਾਂਝੇ ਤੌਰ ਤੇ ਕੀਤਾ ਗਿਆ ਤੇ ਸਰਪੰਚ ਲਈ ਜਨਰਲ ਵਰਗ ਦੇ ਰਮਨਪ੍ਰੀਤ ਸਿੰਘ ਨੇ ਦੇ ਨਾਮ ਤੇ ਸਹਿਮਤੀ ਬਣ ਗਈ ਤੇ ਪੰਜ ਵੀ ਸਹਿਮਤੀ ਨਾਲ ਬਣਾਉਣ ਦਾ ਫੈਸਲਾ ਹੋ ਗਿਆ ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਬਿਗੜਵਾਲ ਪਿੰਡ ਦੀ ਸਰਪੰਚੀ ਅਨੁਸੂਚੀ ਜਾਤੀ ਲਈ ਰਾਖਵੀਂ ਕਰ ਦਿੱਤੀ ਗਈ ਇਸ ਫੈਸਲੇ ਤੋਂ ਪਿੰਡ ਲੋਕਾਂ ਅੰਦਰ ਸਰਕਾਰ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸਰਪੰਚ ਪਾਰਟੀ ਦਾ ਨਹੀਂ ਬਲ ਕੇ ਪਿੰਡ ਦਾ ਚੁਣ ਲਈ ਆਖਰੇ ਨੇ ਤੇ ਪਰ ਸਰਬਸੰਮਤੀ ਨਾਲ ਹੋਏ ਫੈਸਲਿਆਂ ਤੇ ਉਲਟ ਪੰਚਾਇਤਾਂ ਨੂੰ ਅਨੁਸੂਚੀ ਜਾਤੀ ਲਈ ਰਾਖਵਾ ਕਰਕੇ ਲੋਕਾਂ ਨੂੰ ਨਿਰਾਸ਼ ਕੀਤਾ ਜਾ ਰਿਹਾ ਉਹਨਾਂ ਕਹਿਆ ਕਿ ਸਰਕਾਰ ਬਿਗੜਵਾਲ ਪਿੰਡ ਦੀ ਸਰਪੰਚੀ ਨੂੰ ਜਨਰਲ ਵਰਗ ਲਈ ਕਰਕੇ ਸਰਬਸੰਮਤੀ ਨਾਲ ਹੋਏ ਫੈਸਲੇ ਨੂੰ ਲਾਗੂ ਕਰਨ ਦਾ ਆਪਧਰਾ ਕਰੇ ਇਸ ਦੌਰਾਨ ਕੈਬਨਟ ਮੰਤਰੀ ਅਮਨ ਰੋੜਾ ਵੱਲੋਂ ਧਰਨਾਕਾਰੀਆਂ ਦੇ ਨੁਮਾਇੰਦਿਆਂ ਨੂੰ ਚੰਡੀਗੜ੍ਹ ਸੱਦਿਆ ਗਿਆ ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਮਹਗਾ ਲਿਆ ਦੇ ਰਾਜਪਾਲ ਨਾਲ ਇੱਕ ਮੁਲਾਕਾਤ ਕੀਤੀ ਗਈ ਹੈ ਮੰਗ ਕੀਤੀ ਹੈ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਾ ਮਾਮਲਾ ਤੰਤ ਤਰੰਤ ਹੈ ਜਿਹੜਾ ਹੱਲ ਕਰਾਉਣ ਲਈ ਦਖਲ ਮੰਗਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਮਂਘਾਲਿਆ ਦੇ ਰਾਜਪਾਲ ਸੀਐਚ ਵਿਜੇਅ ਸ਼ੰਕਰ ਨਾਲ ਮੁਲਾਕਾਤ ਕਰਕੇ ਸ਼ਿਲਾੰਗ ਦੀ ਪੰਜਾਬੀ ਕਲੋਨੀ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਾ ਮਾਮਲਾ ਤੁਰੰਤ ਹੱਲ ਕਰਵਾਉਣ ਲਈ ਦਖਲ ਦੀ ਮੰਗ ਕੀਤੀ ਹੈ ਇਸ ਵਫ਼ਦ ਨੇ ਕੱਲ ਮਂਘਾਲਿਆ ਸਰਕਾਰ ਦੇ ਮੁਖ ਸਕੱਤਰ ਡੋਨਾਲਡ ਫਿਲਿਪਸ ਵਹਾਲੈਂਗ ਨਾਲ ਮੁਲਾਕਾਤ ਕਰਕੇ ਸ਼ਿਲਾੰਗ ਦੇ ਸਿੱਖਾਂ ਦੇ ਮਸਲੇ ਹੱਲ ਕਰਨ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਨੂੰ ਢਾਉਣ ਦੀ ਕਾਰਵਾਈ ਤੁਰੰਤ ਰੋਕਣ ਲਈ ਮੰਗ ਪੱਤਰ ਸੌਂਪਿਆ ਇਸ ਸੰਬੰਧ 'ਚ ਅੱਜ ਮਹਗਾ ਲਿਆ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸ਼੍ਰੋਮਣੀ ਕਮੇਟੀ ਦੇ ਵਫ਼ਦ ਦੀ ਅਗਵਾਈ ਕਰ ਰਹੇ ਜਰਨਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਅੱਜ ਵਫ਼ਦ ਨੇ ਮਹਗਾ ਲਿਆ ਦੇ ਰਾਜਪਾਲ ਨੂੰ ਛਲਾਂਗ 'ਚ ਗੁਰੂ ਘਰ ਨੂੰ ਢਾਉਣ ਦੀ ਕਾਰਵਾਈ ਤੁਰੰਤ ਰੋਕਣ ਲਈ ਸਰਕਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਲਈ ਆਖਿਆ ਉਹਨਾਂ ਨੇ ਕਿਹਾ ਕਿ ਛਲਾਂਗ ਦੀ ਪੰਜਾਬੀ ਕਲੋਨੀ 'ਚ ਗੁਰਦੁਆਰਾ ਸਾਹਿਬ ਢਾਉਣ ਦੇ ਨਿਰਦੇਸ਼ ਜਾਰੀ ਹੋਣ ਕਾਰਨ ਦੇ ਉੱਥੇ ਸਥਾਨਕ ਸਿੱਖਾਂ ਅੰਦਰ ਰੋਸ ਹੈ ਉਹਨਾਂ ਰਾਜਪਾਲ ਤੋਂ ਮੰਗ ਕੀਤੀ ਕਿ ਮੰਗਾਲਿਆ ਸਰਕਾਰ ਨੂੰ ਹਦਾਇਤ ਜਾਰੀ ਕਰਕੇ ਸਥਾਨਕ ਸਿੱਖਾਂ ਦੇ ਹੱਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਰਾਜਪਾਲ ਨਾਲ ਮੁਲਾਕਾਤ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਰਕਰ ਭਾਈ ਰਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਛਿਲਾਂਗ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਗੁਰਜੀਤ ਸਿੰਘ ਛਿਲਾਂਗ ਸਿੱਖ ਸੰਸਥਾ ਦੇ ਕਨਵੀਨਰ ਪ੍ਰੋਫੈਸਰ ਜਗਮਉਨ ਸਿੰਘ ਵੀ ਸ਼ਾਮਲ ਸਨ ਤੜਕੇ ਦੀਆਂ ਖਬਰਾਂ ਵਿੱਚ ਫਿਲਹਾਲ ਖਬਰਾਂ ਦਾ سلسلہ ਇੱਥੇ ਖਤਮ ਹੁੰਦਾ ਹੈ ਤੇ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ